ਲਿਮੋਜ਼ੀਨ ਸੋ ਅੰਦਰੋਂ ਹੁਣ ਇੱਕ ਵਾਰੀ ਫੇਰ ਤੋਂ ਪਹਿਲਾਂ ਵੀ ਵਲੌਗ ਸ਼ਾਇਦ ਦੇਖਿਆ ਹੋਊਗਾ, ਜੇ ਨਹੀਂ ਦੇਖਿਆ ਤਾਂ ਜਾ ਕੇ ਦੇਖ ਸਕਦੇ ਹੋ। ਆ ਦੇਖੋ ਯਾਰ, ਖੋਲੋ ਇੱਧਰ ਦੇਖ ਕੇ ਕਰ ਲੋ। ਇੰਗਲਿਸ਼ ਇਨ ਇੰਗਲਿਸ਼ ਆਈ ਸੋ ਅ ਗਰਲ ਹੀ ਸੈਡ ਮੀ ਹੀ ਸੈਡ ਮੀ ਸੋ ਗਾਈਸ, ਵਲੌਗ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਦੇ ਪੈਸੇ ਬਾਰੇ। ਪੈਸੇ ਕਮਾਉਣਾ ਚਾਹੁੰਦੇ ਸਾਰੇ ਜਣੇ ਤੇ ਹੁਣੇ ਜਾ ਕੇ ਛੇਤੀ ਫੋਰਾਬੈਟ ਐਪਲੀਕੇਸ਼ਨ ਡਾਊਨਲੋਡ ਕਰੋ ਤੇ ਇੱਕ ਚੈਨਲ ਬੈਟਿੰਗ ਸਕੂਲ ਕਰਕੇ ਆ ਦੇਖੋ, ਇੱਕ ਵਾਰੀ ਜ਼ਰੂਰ ਚੈੱਕ ਕਰ ਲਓ। ਇਹਦੇ ਤੁਹਾਨੂੰ ਟਿਪਸ ਤੇ ਟ੍ਰਿਕਸ ਮਿਲਣਗੀਆਂ ਹੋਰ ਜ਼ਿਆਦਾ ਪੈਸੇ ਕਮਾਉਣ ਦੀਆਂ। ਫੋਰਾਬੈਟ ਐਪਲੀਕੇਸ਼ਨ ਵਿੱਚ ਕਮਾਏ ਪੈਸੇ ਤੁਹਾਡੇ ਈਜ਼ੀਲੀ ਟ੍ਰਾਂਸਫਰ ਹੋ ਜਾਣਗੇ ਤੁਹਾਡੇ ਪੇਟੀਐਮ ਵਿੱਚ। ਸੋ ਵੇਟ ਕਿਸ ਗੱਲ ਦੀ ਕਰ ਰਹੇ ਹੋ ਗਾਈਸ, ਛੇਤੀ ਛੇਤੀ ਜਾ ਕੇ ਡਾਊਨਲੋਡ ਕਰੋ ਫੋਰਾਬੈਟ ਐਪਲੀਕੇਸ਼ਨ, ਲਿੰਕ ਡਿਸਕ੍ਰਿਪਸ਼ਨ ਵਿੱਚ ਹੈ। ਤੇ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਹੁਣ ਕਰੋ ਕਰ ਫਿਰ ਕੇ ਸਟੈਪ ਹੀ ਆ, ਇੱਕ ਵਾਰੀ ਹੋਰ ਵੈਲਕਮ ਬੈਕ ਟੂ ਦੀ ਚੈਨਲ ਗਾਇਸ, ਆਈ ਹੋਪ ਤੁਸੀਂ ਸਾਰੇ ਘੈਂਟ ਹੋ। ਤੇ ਅਸੀਂ ਜਾ ਰਹੇ ਹਾਂ ਅੱਜ ਲੁਧਿਆਣੇ ਤੇ ਨਾਲ ਹੈਗੇ ਸਾਡੇ ਚੰਨ ਭਾਜੀ। ਚਲੋ ਇਹਨਾਂ ਨੂੰ ਇੰਟਰੋਡਿਊਸ ਕਰਾਉਣ ਦੀ ਲੋੜ ਨੀ। ਹਰਮਨ ਤੇ ਬੀਪਾ ਬੋਏ, ਚਾਰ ਤਾਲੀ ਇਹਨਾਂ ਨੇ ਲਏ ਜਾਣ। ਸੋ ਕ੍ਰਾਮ ਗੜੀਆ, ਤੇ ਅਸੀਂ ਜਾ ਰਹੇ ਲੁਧਿਆਣੇ। ਕਿਸ ਲਈ ਜਾ ਰਹੇ ਹਾਂ ਪੂਰਾ ਵਲੌਗ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ। ਤੇ ਆਪਾਂ ਨਿਕਲੇ ਹਾਂ 10 ਵਜੇ ਅੰਮ੍ਰਿਤਸਰ ਤੋਂ ਤੇ 11:15-11 ਵਜੇ ਤੱਕ ਆਪਾਂ ਪਹੁੰਚਣਾ ਜਲੰਧਰ ਤੇ ਉੱਥੇ ਰੁਕਾਂਗੇ ਆਪਾਂ ਲਗਜ਼ਰੀ ਲਿਮੋ ਲੈਣ ਵਾਲਿਆਂ ਕੋਲ, ਥੋੜੀ ਗੱਲਬਾਤ ਕਰਨੀ ਆ ਤੇ ਫਿਰ ਉੱਥੇ ਖਾਵਾਂਗੇ ਭਟੂਰੇ। ਸੋ ਸਾਰੀ ਟ੍ਰਿਪ ਅੱਜ ਆਪਾਂ ਜਾ ਰਹੇ ਅੰਮ੍ਰਿਤਸਰ ਤੋਂ ਲੁਧਿਆਣੇ, ਪੂਰੀ ਟ੍ਰਿਪ ਆ ਮੁੰਡੇ ਨੇ ਸੋਚੀ ਹੋਈ ਹੈ। ਪਲਾਨ ਕੀਤੀ ਪਲਾਨ ਅੱਛਾ ਜਲੰਧਰ। ਹੁਣ ਜਲੰਧਰ ਭਟੂਰੇ ਵਾਲਿਆਂ ਕੋਲ ਰੁਕਦੇ ਆ, ਜਿਹੜਾ ਹਰਸ਼ ਕਹਿ ਰਿਹਾ ਕਿ ਜਾਂ ਲਗਜ਼ਰੀ ਲਿਮੋ ਲੈਣ ਵਾਲਿਆਂ ਕੋਲ ਰੁਕਦੇ ਆ, ਉਹ ਹੁਣ ਇਹੀ ਜਾਣਦੇ ਆ ਜੋ ਡਰਾਈਵਰ ਨੇ ਕਿਹਾ ਤਾਂ ਉਹੀ ਮੰਨਣੀ ਜਾਏਗੀ। ਪਹਿਲਾਂ ਲਗਜ਼ਰੀ ਲਿਮੋ ਲੈਣ ਵਾਲੇ ਕੋ ਰੁਕਾਂਗੇ, ਗੱਲਾਂ ਬਾਤਾਂ ਕਰਾਂਗੇ, ਜੇ ਹੋਇਆ ਗੱਡੀ ਉਹਨਾਂ ਦੀ ਬਾਹਰ ਲੱਗੀ ਹੋਈ ਤੇ ਫੋਟੋ ਸ਼ੂਟ ਕਰਾਂਗੇ। ਠੀਕ ਹੈ ਜੀ, ਕੈਮਰਾ ਤੇ ਲਾ ਕੇ ਨਹੀਂ ਹੈ ਵੀ ਜੀ ਆਪਣੇ ਕੋਲ ਫੋਨ ਕੋਈ ਲਾ ਕੇ ਰੱਖੀ ਆ। ਮਾਰਤੀ ਫੁਕਰੀ ਇਕੜਾ ਫੁਕਰੀ ਮਾਰਾਂਗੇ, ਇਕੜਾ ਫੋਟੋ ਖਿੱਚਾਂਗੇ, ਇਕੜਾ ਫੁਕਰੀ ਮਾਰਾਂਗੇ, ਇਕੜਾ ਫੋਟੋ ਖਿੱਚਾਂਗੇ। ਸੋ ਸਾਡਾ ਪਹਿਲਾ ਸਟਾਪ ਹੋਇਆ ਜਲੰਧਰ ਲਗਜ਼ਰੀ ਲਿਮੋ ਲੈਣ ਤੇ। ਤੇਰੀ ਪਾਇਆ ਮੈਂ ਕਰੋ, ਚੱਲ ਕੋਈ ਗੱਲ ਨਹੀਂ। ਇਹ ਲੱਗੀ ਹੋਈ ਆ ਲਿਮੋਜ਼ੀਨ। ਸੋ ਅੰਦਰੋਂ ਹੁਣ ਇੱਕ ਵਾਰੀ ਫੇਰ ਤੋਂ ਪਹਿਲਾਂ ਵੀ ਵਲੌਗ ਸ਼ਾਇਦ ਦੇਖਿਆ ਹੋਊਗਾ, ਜੇ ਨਹੀਂ ਦੇਖਿਆ ਤਾਂ ਜਾ ਕੇ ਦੇਖ ਸਕਦੇ ਹੋ। ਆ ਦੇਖੋ ਯਾਰ, ਮੇਰੀ ਲਾਈਟ ਲੂਟ ਆ ਬੰਦ ਆ ਹਾਲੇ। ਅੰਦਰੋਂ ਲਿਮੋਜ਼ੀਨ ਕੁਛ ਇਸ ਤਰ੍ਹਾਂ ਦੀ ਲੱਗਦੀ ਆ ਤੇ ਬਾਹਰੋਂ ਲੁੱਕ ਇੰਨੀ ਸੋਹਣੀ ਲੱਗਦੀ ਯਾਰ। ਇਹਦੇ ਵੀਲ ਕਿੰਨੇ ਘੈਂਟ ਆ ਤੇ ਹੁਣ ਤੁਹਾਨੂੰ। ਸੋ ਲਿਮੋਜ਼ੀਨ ਡਰਾਈਵਰ ਸੀਟ ਤੋਂ ਕੁਛ ਇਸ ਤਰ੍ਹਾਂ ਦੀ ਲੱਗਦੀ ਆ, ਨਹੀਂ ਖੁੱਲਣ ਦੀ ਯਾਰ। ਆਵੇ ਖੋਲੋ, ਓ ਮਾਈ ਚਾਹ ਇਧਰ ਵੇਖੀ, ਓ ਸ਼ੁਗਰ ਆ ਹੁਣ ਇਧਰ ਬਾ ਕਿੱਦਾਂ ਖੋਲੀ ਜਾਣ ਕੇ ਨੀ ਖੋਲਣ ਦੇ। ਵੇਖ ਲੋ ਗੱਡੀ ਦੇ ਲੋਕ ਬਿਲਕੁਲ ਠੀਕ ਆ, ਜਾਣ ਕੇ ਨੀ ਖੋਲਣ ਦੇ ਹੀ ਸਦਾਈ ਜੇ। ਸੋ ਹੁਣ ਆ ਗਏ ਆਪਾਂ ਜੀ ਵੈਗਨ ਦੇ ਅੰਦਰ। ਜਿਹਨੇ ਜਿਹਨੇ ਜੀ ਵੈਗਨ ਦਾ ਵਲੌਗ ਦੇਖਿਆ ਤੇ ਕਹਿੰਦੇ ਸੀ ਆ ਨਕਲੀ ਆ, ਇਹ ਟਾਟਾ ਸੂਮੋ ਆ, ਬਲੈਰੋ ਆ, ਆ ਤੁਸੀਂ ਦੇਖ ਸਕਦੇ ਹੁਣ ਹਨਾ। ਇਹ ਮਤਲਬ ਕਿ ਇਹ ਜਿਹੜਾ ਜੀ ਵੈਗਨ ਦਾ ਸਭ ਤੋਂ ਪਹਿਲਾ ਮਾਡਲ ਹੈ ਹਨਾ, ਸਭ ਤੋਂ ਪਹਿਲਾ ਮਾਡਲ ਆ, ਤਾਂ ਕਰਕੇ ਤੁਹਾਨੂੰ ਲੱਗਦਾ ਕਿ ਇਹ ਬਲੈਰੋ ਵਾਲੀ, ਪਰ ਇਹ ਓਰੀਜਨਲ ਜੀ ਵੈਗਨ ਆ, ਓਰੀਜਨਲ ਜੀ ਵੈਗਨ। ਆ ਦੇਖੋ ਹੁਣ, ਆ ਵੇਖ ਲਓ ਐਸਆਰਐਸ, ਆ ਦੇਖੋ ਯਾਰ, ਮਤਲਬ ਇੱਥੇ ਕਿਹੜੇ ਹਿਸਾਬ ਕਿੱਧਰੋਂ ਲੱਗਦਾ ਕਿ ਤੁਹਾਨੂੰ ਆ ਮੋਡੀਫਾਈ ਕੀਤੀ ਹੋਊਗੀ ਜਾਂ ਕਸਟਮ ਕੀਤੀ ਹੋਊਗੀ, ਕਿਹੜੇ ਹਿਸਾਬ ਨਾਲ ਇੱਦਾਂ ਦਾ ਇੰਟੀਰੀਅਰ ਕਿੱਥੋਂ ਮਿਲੂਗਾ।
ਬਾਰੀਆਂ ਦੇਖੋ ਆ ਦੇਖੋ ਸਾਰੀਆਂ ਆਟੋਮੈਟਿਕ ਸੀਟਸ ਆਹੋ ਇੱਧਰ ਵੀ ਆਟੋਮੈਟਿਕ ਸਾਰੀਆਂ ਸਟੀਅਰਿੰਗ ਵੀਲ ਚੈੱਕ ਕਰੋ ਯਾਰ ਸਾਰਾ ਕੁਝ ਅਜਾਰਾ ਵੀ ਸੀਟ ਇੱਥੋਂ ਵੀ ਸਾਰਾ ਕੁਝ ਪੂਰੇ ਪੱਕੇ ਸਬੂਤ ਦੇਵਾਂਗੇ ਕਿ ਓਰੀਜਨਲ ਜੀ ਵੈਗਨ ਹੈ ਆਪੇ ਸਮਝ ਗਏ ਹਰਸ਼ ਨੇ ਕੀਪੀ ਨੂੰ ਕਿਹੜੀ ਗੱਲ ਕੱਢੀ ਹੋਊਗੀ ਕਮੈਂਟ ਕਰਕੇ ਉਹ ਤੇ ਹੁਣ ਸਾਡਾ ਅਗਲਾ ਸਟੋਪ ਹੋਏਗਾ ਸਿੱਧਾ ਲੁਧਿਆਣੇ ਚਲੋ ਵੇਖਦੇ ਆ ਨਹੀਂ ਤੇ ਫਿਰ ਲੁਧਿਆਣੇ ਲਿਟਰਲੀ ਯਾਰ ਭਟੂਰੇ ਨੇ ਵਧੀਆ ਹੀ ਦਹੀਂ ਜਿਹੜਾ ਸੀ ਨਾ ਲੋਏ ਹੋਏ ਧਰਮ ਨਾ ਪਰ ਮੈਂ ਖਾਧਾ ਵਨ ਐਂਡ ਹਾਫ ਭਾਈ ਹੁਣ ਢਾਈ ਖਾਧੇ ਫਿਰ ਸਰੀਰ ਦੇ ਹਿਸਾਬ ਨਾਲ ਚੱਲ ਲੰਚ ਕਰਾਂਗੇ ਉਦੋਂ ਦਊਂਗਾ ਤੇ ਹੁਣ ਛੇਤੀ ਦੀ ਪਹੁੰਚੀ ਆਪਾਂ ਲੁਧਿਆਣੇ ਕਿਉਂਕਿ ਲੇਟ ਹੋ ਚੁੱਕਿਆ ਆਈਸਕ੍ਰੀਮ ਵੀ ਖਵਾਈ ਤੇ ਹੁਣ ਛੇਤੀ ਦੀ ਪਹੁੰਚੀ ਲੁਧਿਆਣੇ ਕਿਉਂਕਿ ਲੇਟ ਬਹੁਤ ਹੋ ਚੁੱਕੇ ਆਲਰੇਡੀ ਜਸਟ ਬਿਕੋਜ਼ ਆਫ ਚੰਨ ਭਾਈ ਕਿਉਂਕਿ ਇਹ ਸਾਨੂੰ ਭਟੂਰੇ ਖਵਾਉਣ ਲੈ ਆਏ ਭਟੂਰੇ ਖਾਣੇ ਭਟੂਰੇ ਖਾਣੇ ਪ੍ਰਮੋਸ਼ਨ ਕਰਨਾ ਆ ਵਲੋਗ ਕਰਨਾ ਉਸ ਦੁਕਾਨ ਦਾ ਸੋ ਛੇਤੀ ਦੀ ਜਾ ਕੇ ਵਲੋਗ ਕਰੀਏ ਕਿਉਂਕਿ ਟਾਈਮ ਹੋ ਗਿਆ 3:00 ਸ਼ਾਇਦ ਹਨਾ 2:30 3 ਵੱਜ ਗਏ ਆ ਤੇ ਜਿੱਥੇ ਆਪਾਂ ਜਲੰਧਰ ਆਪਾਂ ਭਟੂਰੇ ਖਾਧੇ ਦੁਕਾਨ ਦਾ ਨਾਮ ਹੈਗਾ ਕੀ ਨਾਮ ਯਾਰ ਰਾਜੂ ਚੀਜ਼ ਕੋਰਨਰ ਜਿਹੜੇ ਵੀ ਜਲੰਧਰ ਸਿਟੀ ਦੇ ਰਹਿੰਦੇ ਜਾਂ ਜਲੰਧਰ ਸਿਟੀ ਆਓਗੇ ਉੱਥੇ ਭਟੂਰੇ ਜ਼ਰੂਰ ਖਾਇਓ ਜ਼ਿਆਦਾ ਵੀ ਨਹੀਂ 45 ਰੁਪਏ ਦੀ ਪਲੇਟ ਹੀ ਭਟੂਰੇ ਹੀ ਦੋ ਨਾਲ ਅਚਾਰ ਹੀ ਦਹੀਂ ਹੀ ਹੋਰ ਕੀ ਇੱਕ ਸੈਲਡ ਹੀ ਆਲੂ ਹੀ ਮਤਲਬ ਕਾਫੀ ਕੁਛ ਯਾਰ ਬੜੇ ਘੈਂਟ ਹੀ ਸੋ ਚੱਲੀਏ ਦੁਕਾਨ ਤੇ ਇਹ ਜਿਹੜੀ ਵੀਡੀਓ ਆਊਗੀ ਇਸ ਵਲੋਗ ਤੋਂ ਬਾਅਦ ਆਊਗੀ ਤੁਹਾਨੂੰ ਇਹ ਗੱਲਬਾਤ ਕਰਦੇ ਹਾਂ ਤੇ ਮਿਲਦੇ ਹਾਂ ਫਿਰ ਬਹਿ ਕੀ ਕਹਿ ਰਹੇ ਇਧਰ ਵੇ ਕਰ ਲੋ ਸਾਹਮਣੇ ਸਾਹਮਣੇ ਬਾਏ ਬਾਏ ਸੀਸੀ ਸੋ ਹੁਣ ਕਰਾਂਗੇ ਪਹਿਲਾਂ ਲੰਚ ਤੇ ਆਪਣੇ ਕਰਾਂਗੇ ਫੋਨ ਚਾਰਜ ਕਿਉਂਕਿ ਬੈਟਰੀ ਹੋ ਗਈ ਆ ਲੋ ਹਰਸ਼ ਰੋ ਰਿਹਾ ਕਹਿੰਦਾ ਮੈਂ ਆਪਣਾ ਫੋਨ ਚਾਰਜ ਉਹ ਇੱਕ ਮੁੰਡਾ ਪਾਵਰ ਬੈਂਕ ਨਹੀਂ ਲਾਉਣਾ ਕਿਉਂ ਰੀਜ਼ਨ ਰਾਜੇ ਘੋੜੇ ਆ ਆ ਤੂੰ ਆਪਣੇ ਮੂੰਹ ਅੱਗ ਬੰਦ ਕਰ ਦੋ ਮੰਡਣ ਨੂੰ ਬੰਦ ਨਹੀਂ ਕਰ ਦੋ ਕਿਉਂ ਬੰਦ ਕਰ ਮੈਂ ਨਹੀਂ ਕਰਨਾ ਇੱਕ ਮਿੰਟ ਕੰਮ ਆ ਗਈ ਸੋ ਲੰਚ ਕਰ ਲਿਆ ਤੇ ਹੁਣ ਜਾ ਰਹੇ ਆ ਆਪਾਂ ਜਲੰਧਰ ਵੱਲ ਨੂੰ ਤੇ ਸਾਡੇ ਨਾਲ ਦੇ ਆਣੇ ਆ ਦੇਖੋ ਕੀ ਕੀ ਕੀਤਾ ਰੱਬ ਨੇ ਵੇਖੇ ਕਿੱਥੇ ਲਗਾਈ ਕਹਿੰਦਾ ਉਹ ਜੇਬਾਂ ਚੈੱਕ ਕਰ ਲੈਂਦੇ ਆਵੇ ਹੁੱਡੀ ਦੀ ਜੇਬ ਚ ਆਵੇ ਮਤਲਬ ਪੈਸੇ ਪੂਰੇ ਕਰਕੇ ਇਹਦੇ ਜਿੱਥੇ ਜਾਈਦਾ ਆ ਵੇਖ ਲਓ ਕਿੰਨੀ ਦੇ ਮਤਲਬ ਘੱਟੋ ਘੱਟ 20-25 ਹੋਣੀਆਂ ਹਨਾ ਵਾਧੂ ਤੇ ਸ਼ਰਮ ਤੇ ਨਹੀਂ ਹੁੰਦੀ ਉਹ ਫੇਰ ਕੀ ਹੋ ਗਿਆ ਇੰਨੀ ਚੱਲਦੀ ਆ ਇੰਨੀ ਰੋਜ਼ ਕਰਾਈਦੀ ਆ ਮੂੰਹ ਐਦਾਂ ਕਰਨਾ ਆ ਰੇ ਆ ਰੇ ਮੈਂ ਗੁੱਸਾ ਦਵਾਨਾ ਰੋਬਿਨ ਸਭ ਤੋਂ ਸੋਹਣਾ
ਪਤਾ ਲੱਗ ਗਿਆ ਹੁਣ ਅਸੀਂ ਪਹੁੰਚੇ ਆ ਜਲੰਧਰ ਗਗਨ ਲਾਲੀ ਬਾਈ ਹੁਣਾਂ ਕੋ ਲੰਘ ਗਏ ਸੀ ਇੱਥੋਂ ਵਾਪਸ ਆਓ ਪਿਛਲਾ ਸਾਡਾ ਇੱਕ ਘੰਟਾ ਇੰਨਾ ਵਧੀਆ ਲੰਘਿਆ ਕੀ ਦੱਸੀਏ ਮਤਲਬ ਕਿ ਉਹ ਚੀਜ਼ਾਂ ਅਸੀਂ ਕੈਪਚਰ ਨਹੀਂ ਕਰ ਸਕਦੇ ਨਾ ਹੀ ਤੁਹਾਨੂੰ ਵਿਖਾ ਸਕਦੇ ਤੇ ਇੱਕ ਹੋਰ ਮਾਣ ਵਾਲੀ ਗੱਲ ਆ ਸਾਡੇ ਸਾਰਿਆਂ ਲਈ ਕਿ ਬਾਈ ਨੂੰ ਐਮੀ ਵਿਰਕ ਨੇ ਫੋਲੋ ਕੀਤਾ ਕਿਆ ਬਾਤ ਐਮੀ ਵਿਰਕ ਬਾਈ ਨੇ ਟਿਕਟੋਕ ਤੇ ਸਿਰਫ ਇੱਕ ਬੰਦਾ ਫੋਲੋ ਕੀਤਾ ਬਾਕੀ ਐਮੀ ਵਿਰਕ ਬਾਈ ਦੇ ਤੋਂ ਵਿੱਚ ਅਨਫੋਲੋ ਨਾ ਕਰ ਦੇ ਕਦੇ ਬਾਕੀ ਗਰੁੱਪ ਚ ਚਾਰ ਪੰਜ ਬੰਦੇ ਹੈਗੇ ਜਿਹੜੇ ਇੱਕ ਦੂਜੇ ਲੈਣੀ ਦੇਣੀ ਕਰਦੇ ਆ ਸਾਡੇ ਨਾਲ ਤੁਹਾਨੂੰ ਪਤਾ ਹੀ ਹੈ ਹਨਾ ਆਪਣਾ ਨਾ ਭੁੱਲਿਆ ਪਿਆ ਮੈਂ ਤੁਹਾਡਾ ਦੋਸਤ ਗਗਨ ਲਾਲੀ ਚਲੋ ਚਲੋ ਉਹ ਦੱਸੋ ਜਦੋਂ ਕੁੜੀ ਨਾਲ ਸ਼ੂਟਿੰਗ ਜੀ ਤੇ ਕੀ ਇੰਗਲਿਸ਼ ਚਲ ਇੰਗਲਿਸ਼ ਚ In English. I saw a girl and he said me. He said me. She said me. ਘੁੱਟ ਕੇ ਮੇਰਾ ਹੱਥ ਫੜ ਛੱਡੀ ਐਂਡ ਫਿਰ ਮੈਂ ਘੁੱਟ ਕੇ ਹੱਥ ਫੜਿਆ ਫਿਰ ਫੀਲਿੰਗਾਂ ਫਿਰ ਫੀਲਿੰਗ ਬੈਡ ਬ੍ਰਾਂਡ ਸੋ ਚੱਲੀਏ ਹੁਣ ਘਰ ਨੂੰ ਮਿਲ ਰਹੇ ਆ ਅਗਲੇ ਵਲੌਗ ਵਿੱਚ ਬਾਏ ਬਾਏ ਤੇ ਚੈਨਲ ਨੂੰ ਕਰ ਲਿਓ ਐਂਡ ਬੈਲ ਆਈਕਨ ਬਲੌਗ ਰਿਪੋਰਟ ਡਿਲੀਟ ਕਰ ਦੋ ਚੁੱਪ ਕਰ ਓ ਯਾਰ ਮਸਾ ਚੀਜ਼ ਓਏ ਕਈ ਵਾਰੀ ਬੰਦੇ ਸੀਰੀਅਸ ਹੁੰਦੇ ਆ ਕਰ ਵੀ ਲੈਂਦੇ ਹੁੰਦੇ ਹਾਂ ਤੇ ਭਾਈ ਦੀ ਗੱਲ ਕੀਤੀ ਮੈਂ ਤੈਨੂੰ ਲਾ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਗੜੀਆ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਆਈਕਨ ਓ ਯਾਰ ਠੀਕ ਹੈ ਭਾਈ ਠੀਕ ਹੈ ਯਾਰ ਮੈਂ ਸਬਸਕ੍ਰਾਈਬ ਸਾਰੇ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਨਹੀਂ ਕਰਨਾ ਸਬਸਕ੍ਰਾਈਬ ਮਾਰ ਦੇ ਨਾ ਭੁੱਲਿਓ ਹਾਂ ਤਾਰੇ ਨੋਟੀਫਿਕੇਸ਼ਨ ਮਿਲਦੀ ਰਹੇਗੀ ਠੀਕ ਹੈ ਮਿਲਦੇ ਆ ਬਾਏ ਫੋਲੋ ਕਰੋ ਜਾ ਕੇ ਬਸ ਕਰੋ ਮਿਲ ਵੀ ਲਓ 20 ਵਾਰੀ ਕਹਿ ਤਾਂ ਮਿਲਦੇ ਆ ਬਾਏ